ਆਪਣੀ ਕਰੀਮੀ ਦਾ ਵਾਸਤੇ ਆਪਣੀ ਰਬੂਬੀਅਤ ਦਾ ਵਾਸਤੇ ਉਸ ਬਾਦਸ਼ਾਹ ਦੀ ਅਜ਼ਮਤ ਦਾ ਵਾਸਤੇ ਜਦੋਂ ਬਾਬਾ ਟੁਰਾਈ ਪੁੱਤ ਦੀ ਲਾਸ਼ ਜਾਵਣ ਵੱਲ ਵੱਲ ਜੜ ਪਾਉਂਦਾ ਆਈ ਮੌਲਾ ਦੇ ਮਾਤਮੀਆਂ ਅਦਾਦਾਰਾਂ ਦੀ ਜ਼ਿੰਦਗੀ ਦਰਾਜ਼ ਫਰਮਾ ਮੇਰਾ ਮਾਲਕ ਤੁਰਹੀਮ ਮੇਰ ਰਹਿਮਾਨ ਹੈ ਕਿਉਂਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਸਾਹ ਦਾ ਵਿਸਾਰ ਨਹੀਂ ਸਾਰੇ ਇਲਾਹੀ ਅਮੀਨਾ ਕੋ ਹੋ ਸਕਦਾ ਕਿਸੇ ਦੇ ਲਫ਼ਜ਼ ਸਾਜਨ ਕਬੂਲ ਹੋਣ ਮੇਰਾ ਮਾਲਕ ਤੁਰਹੀਮ ਮੇਰ ਰਹਿਮਾਨ ਹੈ ਕਰੀਮ ਹੈ ਸੁਬਹ ਤੋਂ ਲੈ ਕੇ ਹੁਣ ਥਾਈ ਜਿਤਨਾ ਜ਼ਿਕਰ ਅਜ਼ਕਾਰ ਕੀਤਾ ਗਿਆ ਇਸ ਤੋਂ ਪਹਿਲੇ ਤਿਲਾਵਤ ਕੀਤੀ ਗਈ ਹੈ ਮੇਰਾ ਮਾਲਕ ਅਦੀਆ ਪੇਸ਼ ਕਰਦੇ ਆਏ ਨਜ਼ਰ ਨਿਆਰ ਦਾ ਸਵਾਬ ਮਸਾਇਬ ਫਜ਼ਾਇਲ ਦਾ ਸਵਾਬ ਇਮਾਮ ਜ਼ਮਾਨਾ ਦੀ ਖਿਦਮਤ ਤੇ ਜਿਹੜਾ ਸਵਾਬ ਹਾਸਲ ਹੋਵੇ ਮੇਰਾ ਮਾਲਕ ਮਰਹੂਮ ਮਗਫੂਰ ਮੀਆਂ ਨਜ਼ਰ ਹੁਸੈਨ ਗੁਲਾਮ ਸ਼ਬੀਰ ਵਾਲਿਦੈਨ ਮੀਆਂ ਨਜ਼ਰ ਹੁਸੈਨ ਹਮਸ਼ੀਰਾ ਮੀਆਂ ਨਜ਼ਰ ਹੁਸੈਨ ਅਧਿਗਰ ਇਸ ਖਾਨਦਾਨ ਦੇ ਮਰਹੂਮੀਨ ਦੇ ਅਮਾਲ ਮੈਂ ਦਰਜ ਫਰਮਾਓ ਮੇਰਾ ਮਾਲਕ ਵਾਲਿਦਾ ਆਉਣ ਬਾਸ ਦੇ ਦਰਜਾਤ ਬੁਲੰਦ ਫਰਮਾਓ ਮੇਰਾ ਮਾਲਕ ਜੀ ਜੀ ਮੇਰਾ ਮਾਲਕ ਨਜ਼ੀਰ ਹੁਸੈਨ ਦੇ ਬੱਚਿਆਂ ਦੀ ਜ਼ਿੰਦਗੀ ਦਰਾਜ਼ ਫਰਮਾ ਮੇਰਾ ਮਾਲਕ ਤੁਰਹੀਮ ਹੈ ਰਹਿਮਾਨ ਹੈ ਕਰੀਮ ਹੈ ਆਪਣੀ ਕਰੀਮੀ ਦੇ ਵਾਸਤੇ ਇਸ ਘਰ ਤੇ ਔਰ ਇਸ ਬਸਤੀ ਤੇ ਰਹਿਮਤ ਦੇ ਮਲਾਇਕ ਨਾਜ਼ਲ ਫਰਮਾ ਰਿਆਜ਼ ਹੁਸੈਨ ਬਦਰ ਹੁਸੈਨ ਅਲੀ ਹੁਸੈਨ ਦੇ ਮਾਲ ਜਾਨ ਇਸ ਗਜ ਬਰਕਤ ਅਤਾ ਫਰਮਾ ਮੇਰਾ ਮਾਲਕ ਇਹਨਾਂ ਦੀ ਵਾਲਦਾ ਦਸਾਇਆ ਕਾਇਮ ਦਾਇਮ ਰੱਖ ਮੇਰਾ ਮਾਲਕ ਤੁਰਹੀਮ ਹੈ ਰਹਿਮਾਨ ਹੈ ਨਾਜ਼ ਹੋਏ ਆਖਰੀ ਨਮਾਜ਼ ਹੈ ਉਸ ਬੀਬੀ ਦੀ ਉਜੜੀ ਜੋਲੀ ਦਾ ਵਾਸਤੇ ਜਿਹੜੀ ਆਦੀ ਆਇਸ਼ਾ ਲ ਸੁਬਹ ਦਾ ਤਾਰਾ ਵਲ ਵਲ ਉਭਰੇ ਤੇ ਫੈ ਮਰ ਬੁਲੇ ਸਨ ਮੋਲੀ ਆਦੀ ਆਈ ਮਾਮੂਲ ਮੁਤਾਬਿਕ ਪੁੱਤਰਾ ਕੋ ਪਈਆ ਮਾਵਾ ਦੇ ਸਣ ਲੋਲੀ ਤੇਰੀ ਫੰਜ ਦਾ ਵੇਲੇ ਯਾਦਾ ਮਤ ਗਾਨ ਜਿੰਦਾ ਨਿਕਲਣਾ ਵੈਸੀ ਦੁਹੇਲੀ ਆਦਿ ਆਈ ਟੁਰ ਤਖਤ ਗਏ ਅੱਧੇ ਵਕਤ ਗਏ ਟੁਰ ਗਈ ਏ ਪਿਛਲੀ ਰਾਤ ਦੀ ਲੋਲੀ ਮੇਰਾ ਮਾਲਕ ਅਲੀ ਹੁਸੈਨ ਮੀਆਂ ਅਤਾ ਹੁਸੈਨ ਗੁਲਾਮ ਕਾਸਿਮ ਅੱਬਾਸ ਔਰ ਇੱਕ ਆਸਫ ਨਾਮੀ ਮੋਮਨ ਮੇਰਾ ਮਾਲਕ ਇਹਨਾਂ ਨੂੰ ਬੱਚਾ ਕੋਈ ਨਹੀਂ ਇਹਨਾਂ ਨੂੰ ਆਏ ਫਰਦ ਨਸੀਬ ਫਰਮਾ ਮੇਰਾ ਮਾਲਕ ਜਿਹਨਾਂ ਦਿੱਤੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਦਰਾਜ਼ ਫਰਮਾ ਮੇਰਾ ਮਾਲਕ ਜਿਹੜੀ ਜਿਹੜੀ ਮੇਰੇ ਨੇ ਦੁਆਈ ਲਾਈਆਂ ਗਈਆਂ ਮੇਰਾ ਮਾਲਕ ਆਪਣੀ ਬਾਹਰ ਕਾਹਟ ਕਮਰੇ ਮਨਹੂਰ ਫਰਮਾ ਮੇਰਾ ਮਾਲਕ ਤੁਰਈ ਮੇ ਰਹਿਮਾਨ ਕਰੀਮ ਮੀਆਂ ਆਸ਼ਿਕ ਹੁਸੈਨ ਵਾਲਦਾ ਮੀਆਂ ਮੁਖਤਾਰ ਹੁਸੈਨ ਇੱਕ ਹੋਰ ਮੋਮਨ ਮਰੀਨ ਮੇਰਾ ਮਾਲਕ ਮੇਰੀ ਵਾਲਦਾ ਮੋਤਰਮਾ ਬਿਮਾਰ ਮਦਰ ਹੁਸੈਨ ਇਬਨੇ ਨਦਰ ਹੁਸੈਨ ਮਾਚੀ ਮੇਰਾ ਮਾਲਕ ਸ਼ਿਫਾਇਆ ਫਰਮਾ ਮੇਰਾ ਮਾਲਕ ਜਿਹਨਾਂ ਨਜ਼ਰਾਂ ਨਿਆਜ਼ ਲੰਗਰ ਚ ਤਮਾਮ ਕੀਤਾ ਗਏ ਨੌਜਵਾਨਾਂ ਮੁਖਤਾਰ ਹੁਸੈਨ ਦੀਗਰ ਜਿਤਨੇ ਵੀ ਲਾਹੌਰ ਲੱਸਣ ਮੇਰਾ ਮਾਲਕ ਇਹਨਾਂ ਦੀ ਇਬਾਦਤ ਡਿਊਟੀ ਸ਼ੁਮਾਰ ਫਰਮਾਈ ਮੇਰਾ ਮਾਲਕ ਜੋ ਕੁਛ ਇਤਮਾਮ ਕੀਤਾ ਗਏ ਆਪਣੀ ਬਾਰਗਾਹ ਚ ਮੇਰਾ ਮਾਲਕ ਸੈਯਦ ਮੋਹਸਨ ਅਲੀ ਸ਼ਾਹ ਸਾਹਿਬ ਨੂੰ ਵਿਆਹੇ ਬਰਦਰ ਨਸੀਬ ਫਰਮਾ ਆਖਰੀ ਵਾਰ ਮੇਰਾ ਮਾਲਕ ਇਹਨਾਂ ਮਾਲਕ ਦੇ ਮਾਤਮੀਆਂ ਸਾਰਿਆਂ ਦੇ ਮਜਰੇ ਸੁਣਦੇ ਰਹਿਣ ਮੇਰਾ ਮਾਲਕ ਤੁਰਹੀਮ ਹੈ ਰਹਿਮਾਨ ਹੈ ਕਰੀਮ ਹੈ ਉਸ ਟਾਈਮ ਦਾ ਵਾਸਤੇ ਜਦੋਂ ਦੇ ਕਹਿਣ ਡਿੱਠੇ ਹੋਵੇ ਮੈਂ ਅਕਬਰ ਕੋਂ ਤੇ ਮਸਜਦ ਇੱਕ ਸਾਥ ਤੂੰ ਲਹਦਾ ਇੰਜ ਨਹੀਂ ਲਹੜਾ ਜਿਵੇਂ ਉਮਤ ਲਹਾਇਆ ਮੇਰਾ ਅੱਜ ਤੂੰ ਵਾਪਸ ਆਂਦਾ ਅਕਬਰ ਨਜ਼ਰ ਨਹੀਂ ਆਦਾ ਮੌਲਾ ਦੇ ਮਾਤਮੀਆਂ ਅਲਾਦਾਰਾਂ ਦੀ ਜ਼ਿੰਦਗੀ ਦਰਾਜ਼ ਫਰਮਾ ਮੇਰਾ ਮਾਲਕ ਤੁਰਹੀਮ ਹੈ ਰਹਿਮਾਨ ਹੈ ਕਰੀਮ ਹੈ ਸੈਯਦ ਯਾਸੀਨ ਅਦਰਸ਼ਾਵਦੀ ਕੇ ਜਿਤਨੇ ਵੀ ਜਿਸ ਜਿਸ ਇੰਤਜ਼ਾਮ ਵਿੱਚ ਹਿੱਸਾ ਲਿਆ ਹੈ ਮੇਰਾ ਮਾਲਕ ਸਬੀਤ ਤੋਂ ਲੈ ਕੇ ਲੰਗਰ ਨਜ਼ਰ ਨਿਆਜ਼ ਤੱਕ ਉਹਨਾਂ ਦੀ ਇਬਾਦਤ ਆਪਣੀ ਬਾਰਗਾਹ ਚ ਕਬਲੋ ਮਨਜ਼ੂਰ ਫਰਮਾ ਮੇਰੇ ਭਾਈਆਂ ਦੀ ਜ਼ਿੰਦਗੀ ਦਰਾਜ਼ ਫਰਮਾ ਮੇਰਾ ਮਾਲਕ ਜਿਤਨੇ ਵੀ ਮੁਮਿਨੀਨ ਮੁਮਿਨਾਤ ਬਿਮਾਰ ਨੇ ਫਿਰ ਇਲਤਜਾ ਕਰਦੇ ਉਹਨਾਂ ਨੂੰ ਸ਼ਿਫਾ ਯਾਬ ਫਰਮਾ ਜਿਹੜੇ ਮੁਮਿਨੀਨ ਮੁਮਿਨਾਤ ਅੱਜੇ ਬਾਏ ਤੁਲਾ ਲਿਆਰਤਾ ਦੀ ਤਮੰਨਾ ਰੱਖਦੇ ਹਨ ਮੇਰਾ ਮਾਲਕ ਅਜ਼ੀ ਲਬ ਨਾ ਦਨਾ ਹੋਏ ਉਸ ਬੀਬੀ ਦੀ ਅਣਮਨ ਆਵਾਜ਼ ਦੀ ਤੁਸੇ ਘਰਾਂ ਤੋੜ ਵੈਸਾ ਇਸ ਜਾਤ ਆ ਗਿਆ ਸੀ ਅੰਮਾ ਇਹਨਾਂ ਕੋ ਡਿੱਠੇ ਮੇਰੇ ਫਿਰ ਯਾਰ ਤੀਰ ਲਗਦਾ ਆਖਸੀ ਬੀਬੀ
بی اکسی میری دھی میں دعا کی تھی اے مالک اس مرمہ بی بی دی علمہ دوار دے سڑیا ماما دے بہنا دے پردے سلامت رکھ عزت محفوظ فرما ساڑے میرا مالک راگو سیدہ تو جڑے مالا دے ماتمی علاد آر آئین میرا مالک اس ٹائم دواز تھی بہت زیادہ تھکاوٹ ہو سی لیکن اس بی بی جتنی نہیں پھرا لاش لے کے اندر ہے او اینڈ کرے دی رہی ہے پھرا کوس کے ہے پھرا دے بال رہ دی آئی بال رہا کیا دی آئی تیرے جی نے مڈ خیمیا توں تے رکھی پکیاں باند پروالے تیرے کسن دے بال غالی بڑی نسل دے قاتلا کھڑنی مال دروالے عمر دلارے نہ پوچھ دے شامی جھڑکا دے کے تے کنکڑے ویر تے نالے والدہ شہزاد حسین شاہ نواز شفا یا فرما میرا مالک جیڑی بھی جی کسی دل آجات نے وہ پوریاں فرما امام زمانہ ظہور تاجیم فرما میرا مالک آئندہ سال تک میرا مالک ساڑی دنیا کر میرا مالک ہر پریشانی دور فرما ان عزیزت رزق فرصت عطا فرما میرا مالک ان عزیز شرعی اور دلی حاجات پورے فرما اللہم صلی علی محمد و آل محمد التماس ایک سارے ان کوئی کسی لنگر تو یا کسی وجہ تو کوئی اگر تکلیف ہوئے للہ اس بی بی دی عظمت واسطہ معاف کرے آئے یعنی تسا ٹور ویسو کوئی شام تو آئیے کوئی کربلا توں کوئی مدینے توں ایک بھی دا موٹا ہلا گیا دین بھلا انہیں نے نٹھا تھا کوئی نہیں شبیر نو گھوڑے دولا معاف کرے اللہم صلی علی محمد و آل محمد.